ਗੈਂਗਸਟਰ ਵਿੱਕੀ ਗੌਂਡਰ ਦੇ ਕਰੀਬੀ ਸਾਥੀ ਗਿਆਨ ਸਿੰਘ ਖਰਲਾਂਵਾਲਾ ਨੂੰ ਗੁਰਦਾਸਪੁਰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਦਰਅਸਲ ਪੁਲਿਸ ਵੱਲੋਂ ਗੈਂਗਸਟਰ ਵਿੱਕੀ ਗੌਂਡਰ ਅਤੇ ਉਸ ਦੇ ਸਾਥੀਆਂ ਦੀ ਭਾਲ ਦੇ ਵਿੱਚ ਜਗ੍ਹਾ-ਜਗ੍ਹਾ ਤੇ ਛਾਪੇਮਾਰੀ ਕੀਤੀ ਜਾ ਰਹੀ ਸੀ, ਜਿਸ ਦੇ ਨਤੀਜਿਆਂ ਵਜੋਂ ਅੱਜ ਸਵੇਰੇ ਗੈਂਗਸਟਰ ਗਿਆਨ ਸਿੰਘ ਦੇ ਟਿਕਾਣੇ ਤੇ ਹੀ ਸੂਚਨਾ ਮਿਲਣ ਤੇ मौके पर पुजी गुरदासपुर पुलिस वालों उसनू काबू कर लिया गया। दस्या जा रहा है कि पंजाब पुलिस वालों चलाए गए इस ऑपरेशन दौरान पुलिस से ज्ञान सिंह दे विचकार गोलीबारी भी चलियां, जिस दौरान ज्ञान सिंह दी लात ते गोली लगन कारण वह जख्मी हो गया। फिलहाल पुलिस ने उसनू हिरासत विच लै लिया ते कार्रवाई शुरू कर दी है। जिहड़ा इत्थे गुरदासपुर विखे ਗੈਂਗ ਵਾਰ ਦਾ ਇਨਸੀਡੈਂਟ ਹੋਇਆ ਸੀ, ਜਿਹਦੇ ਵਿੱਚ 3 ਬੰਦਿਆਂ ਦਾ ਡੇ ਲਾਈਟ ਮਰਡਰ ਹੋਇਆ ਸੀ ਗੋਲੀਆਂ ਮਾਰ ਕੇ। ਉਹਨਾਂ ਦੇ ਵਿੱਚ ਇੱਕ ਜਿਹੜਾ ਨਾਮਜ਼ਦ ਦੋਸ਼ੀ ਹੈ, ਉਹ ਅੱਜ ਅਸੀਂ ਗੁਰਦਾਸਪੁਰ ਦੇ ਵਿੱਚ ਉਹਨੂੰ ਗ੍ਰਿਫਤਾਰ ਕੀਤਾ ਹੈ, ਜਿਹਦਾ ਨਾਂ ਹੈਗਾ ਰਵਿੰਦਰ ਸਿੰਘ ਏਲੀਅਸ ਗਿਆਨ ਸਨ ਆਫ ਦਲਜੀਤ ਸਿੰਘ, ਪਿੰਡ ਖਰਲ। ਹਾਂਜੀ, ਉਹਦੇ ਗਰੁੱਪ ਦਾ ਹੀ ਸੀਗਾ। ਇਸ ਗਿਆਨ ਸੁੱਖਾ ਬਿਖਾਰੀਵਾਲ ਜਿਹੜਾ ਹੈਗਾ ਉਹਦੀ ਸਕੀ ਭੂਆ ਦਾ ਬੇਟਾ ਆ। ਦੇ ਆਰ ਬੋਥ ਮਾਮੇ ਭੂਆ ਦੇ ਪੁੱਤ ਭਰਾ ਨੇ। ਦੇਖੋ ਜੀ, ਵੀ ਆਰ ਵਰਕਿੰਗ, ਅਸੀਂ ਇਨਵੈਸਟੀਗੇਟ ਕਰ ਰਹੇ ਹਾਂ, ਤੇ ਜੇ ਹੋਣਗੇ ਤੇ ਅਸੀਂ ਛੇਤੀ ਹੀ ਉਹਨਾਂ ਨੂੰ ਅਰੈਸਟ ਕਰ ਲਾਂਗੇ।